ਇਹ ਨਾ ਅਸੀਂ ਗੱਲਾਂ ਸੁਣਦੇ ਰਹਿੰਦੇ ਹਾਂ ਬੰਦਿਆਂ ਕੋਲੋਂ, ਬੰਦੇ ਆਉਂਦੇ ਨੇ ਵੀ ਜਿਹੜੇ ਅਨਾਊਂਸਰ ਹੁੰਦੇ ਹਨ ਨਾ, ਅਕਸਰ ਅਨਾਊਂਸਰ ਰਹਿਣ ਵੀ ਸ਼ਰਾਬ ਪੀ ਕੇ ਜਾਂ ਪੱਕੀ ਸਿਗਰਟ ਪੀ ਕੇ, ਮਤਲਬ ਨਸ਼ਾ ਕਰਕੇ ਅਨਾਊਂਸਮੈਂਟ ਕਰਦੇ ਨੇ ਜੀ, ਐਵੇਂ ਕਰਨ ਤਾਂ ਉਹਨਾਂ ਦੇ ਕੋਲ ਹੁੰਦੀ ਹੀ ਨਹੀਂ। ਇਹ ਕੀ ਸੀਨ ਹੈ, ਕੀ ਚੱਕਰ ਹੈ? ਇਹ ਜੀ ਵੇਖੋ ਨਾ, ਸਭ ਗੱਲਾਂ ਜਿਤਣੀਆਂ ਵੀ ਹਨ ਨਾ, ਕਸ਼ ਬਾਈ ਗਲਤ ਹੋਣਗੀਆਂ। ਇੱਕ ਬੰਦਾ ਆਦੀ ਹੋ ਜਾਂਦਾ ਹੈ, ਉਸ ਦਾ ਆਪਣਾ ਫੇਲ ਹੁੰਦਾ ਹੈ ਗਿਆ। ਸਹੀ। ਅਗਰ ਕੋਈ ਅਨਾਊਂਸਮੈਂਟ ਕਰ ਰਿਹਾ ਹੈ ਗਿਆ ਅਤੇ ਉਹ ਅਗਰ ਪੀ ਵੀ ਲਵੇ ਅਤੇ ਆਪਣਾ ਲੈਵਲ 'ਚ ਗੱਲ ਕਰੇ ਤਾਂ ਉਹ ਐਡਾ ਕੋਈ ਹਰਜ ਨਹੀਂ ਹੈ। ਗੁਨਾਹ ਸਬਾਬ ਉਹ ਉਸ ਦੇ ਸਿਰ ਰਹਿ ਗਿਆ। ਹਾਂਜੀ। ਉਸ ਦੇ ਵਿੱਚ ਲੋਕਾਂ ਨੂੰ ਕੋਈ ਹੱਕ ਨਹੀਂ ਉਸ 'ਤੇ ਉਂਗਲ ਉਠਾਉਣ ਦਾ। ਸਹੀ। ਉਹ ਆਪਣੇ ਜੀ ਰਾਏ ਅਯੂਬ ਸਾਹਿਬ, ਮੀਆਂ ਸਜਾਦ ਅਕਬਰ ਜ਼ਖਮੀ ਸਾਹਿਬ ਜਦੋਂ ਸਟਾਰਟ ਲੈਂਦੇ ਨੇ ਮੈਚ ਸ਼ੁਰੂ ਕਰਦੇ ਨੇ, ਉਹ ਵੀ ਇੱਕ ਹੀ ਗੱਲ ਕਰਦੇ ਨੇ ਅਤੇ ਤੁਸੀਂ ਸਟਾਰਟ ਕਰਦੇ ਹੋ, ਤੁਸੀਂ ਵੀ ਇੱਕ ਗੱਲ ਕਰਦੇ ਹੋ, ਇਹ ਕੀ ਸੀਨ ਹੈ? ਵੇਖੋ ਨਾ ਜੀ, ਮੈਚ ਤੋਂ ਪਹਿਲੇ ਜਦੋਂ ਵੀ ਕੋਈ ਕੰਮ ਸ਼ੁਰੂ ਕਰੀਏ, ਅੱਲਾਹ ਪਾਕ ਦਾ ਨਾਂ ਲੈਣਾ ਚਾਹੀਦਾ ਹੈ। ਬਿਲਕੁਲ ਲੈਣਾ ਚਾਹੀਦਾ। ਇੱਕ ਖੂਬਸੂਰਤ ਕਥਾ ਨਜ਼ਮ ਪੜ੍ਹਨੀ ਚਾਹੀਦੀ ਹੈਗੀ ਅਤੇ ਉਹ ਅਲਹਮਦੁਲਿਲਾ ਅਸੀਂ ਪੜ੍ਹਦੇ ਹਾਂਗੇ। ਔਰ ਬਾਕੀ ਅਨਾਊਂਸਮੈਂਟ ਜਿਤਣੀ ਮੈਂ ਮੀਆਂ ਸਾਹਿਬ ਦੀ ਸੁਣਦਾ ਹਾਂ ਨਾ ਜੀ, ਮੈਨੂੰ ਇੱਕ ਉਸ ਫੀਲਡ ਦਾ ਬੰਦਾ ਹੋ ਕੇ ਮੈਨੂੰ ਬਹੁਤ ਸਕੂਨ ਆਉਂਦਾ ਹੈਗਾ। ਕੁਝ ਸ਼ੇਅਰ ਰਹਿਣਗੇ ਜਿਹੜੇ ਮੀਆਂ ਸਾਹਿਬ ਦੇ ਅਸੀਂ, ਮੈਂ ਕਾਪੀ ਕਰਦਾ। ਸ਼ਹਿਰਾਂ ਦੇ ਸ਼ੇਅਰ ਹੁੰਦੇ ਨੇ, ਮੀਆਂ ਸਾਹਿਬ ਦੇ ਸ਼ੇਅਰ ਹੁੰਦੇ ਨੇ, ਉਹ ਮੈਂ ਕਾਪੀ ਕਰਦਾ ਗਿਆ, ਆਪਣੇ ਦਿਮਾਗ 'ਚ ਪਾਉਂਦਾ ਗਿਆ ਵੀ ਇਹ ਮੈਂ ਯਾਦ ਕਰ ਲਵਾਂ, ਇਹਨਾਂ ਨੂੰ ਮੈਂ ਅੱਗੇ ਬੋਲਣਾ ਹੈ। ਸਭ ਤੋਂ ਪਹਿਲੇ ਤਾਂ ਅਸੀਂ ਇਹ ਗੱਲ ਕਰਦੇ ਹਾਂ ਕਿ ਬਿਸਮਿਲ੍ਲਾ ਰਹਿਮਾਨ ਰਹੀਮ, ਸ਼ੁਰੂ ਅੱਲਾਹ ਕਾ ਨਾਮ ਲੈ ਕਰ ਜੋ ਬੜਾ ਹੀ ਮਿਹਰਬਾਨ ਔਰ ਨਿਹਾਇਤ ਰਹਿਮ ਕਰਨੇ ਵਾਲਾ ਹੈ। ਸ਼ਾਹ ਮਰਦਾਂ ਸ਼ੇਰ ਜਜ਼ਦਾਂ ਕੁਵਤ ਪਰਵਰਦਿਗਾਰ, ਲਾ ਫਤਾ ਇਲਾ ਅਲੀ ਸੈਫ ਇਲਾ ਜ਼ੁਲਫਿਕਾਰ, ਤੇਰੀ ਬੇਨਿਆਜ਼ੀ ਦੇ ਕੰਮ ਮੈਨੂੰ ਖੁਦਾਇਆ, ਜੇ ਦੇਵੇਂ ਤਾਂ ਪੱਥਰਾਂ 'ਚ ਗਿਜ਼ਾ ਦੇ ਛੁੜੇਨਾ ਹੈ, ਪਕੜੇ ਤਾਂ ਯੂਸਫ ਜਿਹਾਂ ਸ਼ਹਿਨਸ਼ਾਹ ਨੂੰ, ਬੇਰਾਵਾਂ ਦੇ ਹੱਥੋਂ ਸਜ਼ਾ ਦੇ ਛੁੜੇਨਾ ਹੈ। ਅੱਛਾ। ਨਾ ਰੋਜ਼ੇ ਨਾ ਲੰਮੀਆਂ ਨਿਮਾਜ਼ਾਂ ਤੇ ਖੁਸ਼ ਹੈ, ਤੇਰੀ ਜ਼ਾਤ ਨੂੰ ਸਾਫ਼ ਨੀਤਾਂ ਦੀ ਥੋੜੇ, ਕਰਮ ਚਾ ਕਰੇ ਤਾਂ ਗੁਨਾਹਗਾਰ ਹੋਰ ਨੂੰ ਤੂੰ ਪਾਕਾਂ ਦੇ ਘਰ 'ਚ ਪਨਾਹ ਦੇ ਛੁੜੇਨਾ। ਜ਼ਿੰਦਾਬਾਦ। ਜਦੋਂ ਜੀ ਇਹ ਪੜ੍ਹ ਲਵਿੰਦਾ ਨਾ, ਅੱਲਾਹ ਪਾਕ ਸਾਡੇ ਉਸ ਵਕਤ ਜਿਤਣਾ ਸਾਥੇ ਟਾਈਮ ਹੁੰਦਾ ਨਾ, ਇਹ ਅੱਲਾਹ ਪਾਕ ਨੂੰ ਯਾਦ ਕਰਕੇ ਸਾਡਾ ਟਾਈਮ ਟੋਟਲ ਗੁਜ਼ਰਦਾ ਹੈ ਗਿਆ ਅਤੇ ਅਸੀਂ ਉਸ ਟਾਈਮ ਨੂੰ ਕਲੀਅਰ ਕਰਦੇ ਹਾਂ, ਲੋਕਾਂ ਦੀਆਂ ਹਾਜ਼ਰੀਆਂ ਪੂਰੀਆਂ ਕਰਦੇ ਹਾਂ। ਬਾਕੀ ਕਈਆਂ ਥਾਵਾਂ 'ਤੇ ਲੋਕ ਆਉਂਦੇ ਨੇ ਤਕਰੀਬਨ ਜਿਹੜੇ ਮੌਲਾ ਅਲੀ ਨੂੰ ਨਹੀਂ ਪਸੰਦ ਕਰਦੇ, ਅਸੀਂ ਆਹਨੇ ਕਿ ਮੁਸਲਮਾਨ ਹੋ ਅਤੇ ਮੁਸਲਮਾਨ ਦੀ ਪਹਿਚਾਣ ਹੁਸੈਨ ਇਬਨੇ ਅਲੀ ਹੈ ਗਿਆ, ਔਰ ਕਲਮਾ ਕੁਰਾਨ, ਇਹਨਾਂ ਚੀਜ਼ਾਂ ਨੂੰ ਤੁਸੀਂ ਯਾਦ ਕਿਉਂ, ਤੁਸੀਂ ਇਹ ਫਿਰਕੇ ਕਿਉਂ ਬਣਾਏ ਬੰਦੇ ਹੋਗੇ, ਸਭ ਉਹਨਾਂ ਦਾ ਸਦਕਾ ਅਸੀਂ ਵਧੇ ਹੈਗੇ। ਹਾਂਜੀ। ਉਹਨਾਂ ਚੀਜ਼ਾਂ ਨੂੰ ਅਸੀਂ ਅਲਹਮਦੁਲਿਲਾ ਮੰਨਦੇ ਹੈਗੇ, ਤਸਲੀਮ ਕੀਤਾ ਹੈਗਾ, ਮੁਸਲਮਾਨ ਹੈ, ਕਲਮਾ ਗੋ ਹੈਗੇ, ਇਹਨਾਂ ਚੀਜ਼ਾਂ ਨੂੰ ਅਸੀਂ ਕਤਨ ਵੀ ਨਹੀਂ ਬੋਲ ਸਕਦੇ। ਜੇ ਉਹ ਸਾਡੇ ਸਿਰ 'ਤੇ ਉਹਨਾਂ ਦੇ ਇਹਸਾਨ ਹੈ ਨਾ, ਉਹ ਅਸੀਂ ਨਾ ਬੋਲ ਸਕਦੇ ਹਾਂ, ਨਾ ਹੀ ਸਾਡੀ ਬੋਲਣ ਦੀ ਔਕਾਤ ਜ਼ਰੂਰਤ ਹੈ, ਹੈ ਹੀ ਕਾਈ ਨਾ। ਬਿਲਕੁਲ ਬਿਲਕੁਲ। ਬਾਕੀ ਉਸ ਤੋਂ ਬਾਅਦ ਵਿੱਚ ਮੁੜ ਅਸੀਂ ਇਹ ਸ਼ੇਰ ਸ਼ੂਰ, ਦੁਨੀਆ ਫਾਨੀ ਹੈਗੀ, ਇਸ ਦੁਨੀਆ ਦੇ ਨਾਲ ਆਉਂਦਿਆਂ ਜਾਂਦਿਆਂ ਕਿਸੇ ਨੂੰ ਕੋਈ ਕਿਸੇ ਦੇ ਸੱਜਣ ਦੀ ਯਾਦ ਆ ਗਈ, ਉਹ ਸ਼ੇਰ ਸਾਨੂੰ ਆਉਂਦਾ, ਮੈਨੂੰ ਫਲਾਣਾ ਸੁਣਾ ਛੱਡ ਕਿਸੇ ਨੂੰ, ਕਿਉਂਕਿ ਅਸੀਂ ਆਪ ਉਸ ਵਕਤ 'ਚ ਗੁਜ਼ਰੇ ਹੋਏ ਗਏ, ਸਾਨੂੰ ਵੀ ਕਿਸੇ ਨਾਲ ਇਸ਼ਕ ਹੋਇਆ ਆ ਗਿਆ, ਅਤੇ ਅੱਲਾਹ ਨਾ ਕਰੇ ਮੇਰਾ ਉਸਤਾਦ ਨਾ ਮੇਰੀ ਇਹ ਗੱਲ ਸੁਣ ਲਵੇ ਕਿ ਬੁਰਾ ਮਹਿਸੂਸ ਨਾ ਕਰ ਜਾਏ, ਮੇਰਾ ਪੁੱਤਰ ਜਵਾਨ ਹੈ ਅਤੇ ਇਹ ਗੱਲਾਂ ਕੀ ਹੋ ਜਾਏ ਕਰਦਾ ਹੈ ਗਿਆ। ਬਾਕੀ ਜਿਤਣੀਆਂ ਵੀ ਗੱਲਾਂ ਹਨ, ਅਲਹਮਦੁਲਿਲਾ ਜਿਸ ਤਰੀਕੇ ਨਾਲ ਅਸੀਂ ਨੌਕਰੀ ਦਿੰਦੇ, ਮੈਨੇ ਕੌਮ ਦੀ, ਲੋਕਾਂ ਦੀ, ਲੋਕਾਂ ਨੂੰ ਖੁਸ਼ ਕਰਨ ਕਾਰਨ ਅੱਲਾਹ ਪਾਕ ਕੁਝ ਇਨਸਾਨ ਬਣਾਏ ਨੇ ਵੀ ਉਹਨਾਂ ਲੋਕਾਂ ਨੂੰ ਖੁਸ਼ ਕਰਨਾ ਹੁੰਦਾ ਹੈ। ਕਦੀ ਕਦੀ ਮੁੜ ਮਿਜ਼ਾਈਆ ਲਤੀਫੇ ਵੀ ਵਿੱਚ ਬੜੇ ਲੋਕ ਫਰਮਾਇਸ਼ਾਂ ਕਰਦੇ ਨੇ, ਲੇਕਿਨ ਅਸੀਂ ਮੁੜ ਮਾਹੌਲ ਵੇਖਦੇ ਹਾਂ, ਕਿਤੇ ਸੁਨਸਾਨ ਇਲਾਕਾ, ਕਿਤੇ ਸੁਨਸਾਨ ਜਗ੍ਹਾ 'ਤੇ ਮੈਚ ਹੋ ਰਿਹਾ ਹੋਵੇ ਅਤੇ ਉੱਥੇ ਅਸੀਂ ਲਤੀਫੇ ਲਤੂਫੇ ਵੀ ਸੁਣੇ ਹਾਂ। ਕਈ ਲੋਕ ਨੇ ਕਈਆਂ ਵਾਰੀ ਬੰਦਿਆਂ ਬੜਾ ਪਿੰਡਾਂ 'ਚ ਵੀ ਮਜਬੂਰ ਕੀਤਾ, ਸਾਡੇ ਲਤੀਫਿਆਂ ਤੋਂ ਬੰਦੇ ਗੁੱਸਾ ਕਰ ਜਾਂਦੇ ਨੇ, ਕਾਸ਼ ਭਾਈ ਗੁੱਸਾ ਕਰਕੇ, ਅਤੇ ਉਸ ਤੋਂ ਬਾਅਦ ਵਿੱਚ ਨਾ ਬੰਦੇ ਸਾਡੇ ਨਾਲ ਲੜਾਈ ਦੇ ਚੱਕਰ 'ਚ ਆ ਜਾਂਦੇ ਨੇ, ਲੇਕਿਨ ਅਸੀਂ ਵੀ ਮੁੜ ਇਹ ਮੁਲਕ 'ਚ ਪਛਾਣ ਵਾਲੇ ਬੰਦੇ ਆ ਗਏ, ਇਲਾਕਿਆਂ 'ਚ ਸਾਡਾ ਨਾਂ ਹੈ ਗਿਆ। ਮੈਂ ਜੀ ਉਹਨਾਂ ਲੋਕਾਂ ਨਾਲ ਪਹਿਲੇ ਗੱਲ ਕਰ ਲੈਂਦਾ ਵੀ ਇਹਨਾਂ ਨੂੰ ਪੁੱਛ ਲਓ ਮਾਲਕਾਂ ਨੂੰ, ਤਾਂ ਅਸੀਂ ਮੁੜ ਤੁਹਾਡੇ ਨਾਲ ਕੋਈ ਗੱਲ ਕਰਸਾਂ, ਨਹੀਂ ਤਾਂ ਨਹੀਂ। ਅਤੇ ਬਾਕੀ ਮੀਆਂ ਸਾਹਿਬ ਦੀ ਅਸੀਂ ਸਾਰੀ ਨਕਲ ਲਾਉਂਦੇ ਹਾਂ ਗਏ, ਕੋਈ ਸ਼ਹਿਰਾਂ ਦੀ ਨਕਲ ਲਾ ਲਈ, ਅਤੇ ਇਸ ਤਰੀਕੇ ਨਾਲ ਜ਼ਿਆਦਾਤਰ ਮੁੜ ਮਾਹੌਲ ਹੋਵੇ ਤਾਂ ਪਿੰਡਾਂ ਦੇ ਵਿੱਚ ਕੋਈ ਨਿਕੜੇ ਨਿਕੜੇ ਟੋਟਕੇ ਮੋਟ ਕੇ ਆਉਂਦੇ, ਹੱਸ ਹੁੱਸ ਕੇ ਬੰਦਿਆਂ ਨੂੰ ਵਕਤ ਪਾਸ ਕਰੀਂਦਾ ਕਾਸ਼ ਭਾਈ, ਅਤੇ ਉਂਝ ਅਲਹਮਦੁਲਿਲਾ ਜਿਤਣੀ ਸਾਡੀ ਕੌਮ ਹੈਗੀ, ਅਸੀਂ ਜਿੱਥੇ ਵੀ ਫਿਰਦੇ ਬਣੇ ਹੁੰਦੇ, ਸਾਡੇ ਵਾਸਤੇ ਸਭ ਦੀਆਂ ਬਹਿਣਾਂ ਗੀਆਂ, ਕਿਉਂਕਿ ਸਾਡਾ ਨਾਂ ਹੈ ਗਿਆ। ਅਸੀਂ ਅਗਰ ਅਸੀਂ ਬੰਦੇ ਗਲਤ ਹੋ ਜਾਵੀਏ ਨਾ ਵਾਲੇ, ਅਤੇ ਬਾਕੀ ਹਰ ਸ਼ਾਇਦ ਤਾਂ ਬਰਾਬਰ ਨਹੀਂ ਰਹਿੰਦੀ।
ਜਿੱਥੇ ਵੀ ਜਾਵੇ ਅਲਹਮਦੁਲਿਲਾ ਰੋਡ 'ਤੇ ਜਾ ਰਿਹਾ ਹੈ, ਰੋਡ 'ਤੇ ਸਾਹਮਣੇ ਜੇ ਉਹ ਮੇਰੀ ਭੈਣ ਗੁਜ਼ਰਦੀ ਹੈ, ਮਾਂ ਗੁਜ਼ਰਦੀ ਹੈ, ਛੋਟੀ ਗੁਜ਼ਰਦੀ ਹੈ, ਦੀਸ ਦਿੰਦਾ ਹੈਗਾ, ਅਸੀਂ ਕਦੀ ਉਸ 'ਤੇ ਜਿਹੜਾ ਨਾ ਕਦੀ ਨਜ਼ਰ ਨਾ ਉਠਾਈਏ ਨਾ ਹੀ ਉਠਾਉਣੀ ਹੈ। ਅਤੇ ਇਹ ਸਾਰਿਆਂ ਦੋਸਤਾਂ ਨੂੰ ਗੱਲ ਕਰਿੰਦੀ ਹੈਗੀ ਵੀ ਜੇ ਅਗਰ ਆਪਾਂ ਮੋਟਰਸਾਈਕਲ 'ਤੇ ਜਾਂ ਗੱਡੀ 'ਤੇ ਜਾ ਰਹੇ ਹਾਂ ਨਾ, ਅਤੇ ਆਪਾਂ ਕਿਸੇ ਦੇ ਪਾਸੋਂ ਵਹਿੰਦੇ ਹੈਗੇ ਕਸ਼ਪ ਬਾਈ, ਹੋ ਸਕਦਾ ਕੱਲ ਸਾਡੀ ਵੀ ਧੀ ਭੈਣ ਨਾਲ ਬੈਠੀ ਹੋਵੇ, ਕੋਈ ਬੰਦਾ ਉਸੇ ਨਜ਼ਰ ਨਾ ਵੇਖੇ, ਤੇ ਮੁੜ ਬੰਦਾ ਆਪਣੇ ਜ਼ਮੀਰ ਲੈ ਨਜ਼ਰ ਮਾਰੇ ਤੇ ਆਪਣੀ ਔਕਾਤ ਚੈੱਕ ਕਰੇ ਵੀ ਸਾਡੇ ਨਾਲ ਵੀ ਕਦੀ ਸਾਡੀ ਫੈਮਿਲੀ ਚੱਲ ਸਕਦੀ। ਇਸ ਵਾਸਤੇ ਸਭ ਦੋਸਤਾਂ ਨੂੰ ਇਹ ਸਾਡੀ ਤਰਫੋਂ ਮਿੰਨਤ ਹੈਗੀ ਵੀ ਅਗਰ ਕਿਸੇ ਦਾ ਬੰਦਾ ਕੋਈ ਇੱਜ਼ਤ ਦਾ ਬੁਰਾ ਨਾ ਸੋਚੇ, ਸਭ ਅਗਲੇ ਦੀ ਇੱਜ਼ਤ ਨੂੰ ਐਂ ਸਮਝੋ ਕਿ ਜਿਵੇਂ ਸਾਡੀ ਧੀ ਭੈਣ ਹੈਗੀ, ਸਾਡੇ ਵਿਰਾਸਤ ਉਹ ਬੰਦੇ ਇਨਸ਼ਾਅੱਲਾ ਕਿਸੇ ਮੋੜ 'ਤੇ ਮਾਰ ਨਹੀਂ ਖਾਂਦੇ। ਅਤੇ ਜੇ ਅਗਰ ਸਾਡੇ ਰੰਗਾ ਬੰਦਾ ਕੋਈ ਇੰਨਾ ਕੰਮ ਕਰ ਲਵੇ ਨਾ, ਤਾਂ ਇੱਕ ਬੰਦਾ ਕੋਈ ਗਿਰੇ ਬਾਹਮ ਤੋਂ ਚਾਟ ਫੜ ਕੇ ਚਾਟ ਮਾਰ ਦੇਵੇ, ਤਾਂ ਸਾਡੀ ਮੁੜ ਪੂਰੇ ਹਰ ਪਾਸੇ ਉਹ ਕਹਾਣੀ ਚੱਲ ਜਾਂਦੀ ਵੀ ਉਹ ਫਲਾਣੇ ਨਾਂ ਵਾਲਾ ਬੰਦਾ ਹੈ ਤਾਂ ਉਸਨੂੰ ਸਾਈਆਂ ਇੰਝ ਕੀਤਾ। ਇਸ ਚੀਜ਼ ਤੋਂ ਮੈਂ ਸਾਰੇ ਦੋਸਤਾਂ ਨੂੰ ਵਾਰ ਵਾਰ ਅਪੀਲ ਕਰਦਾ ਜੀ, ਅਤੇ ਜਿਤਨੇ ਖਰੜ ਕਲੱਬ ਵਲੋਗ ਯੂਟਿਊਬ ਚੈਨਲ ਨੂੰ ਚ ਵਹਿੰਦੇ ਹੋ ਗਏ, ਸਭ ਦੋਸਤਾਂ ਨੂੰ ਇਹਨੂੰ ਵਾਰ ਵਾਰ ਤੁਸੀਂ ਇਹਨੂੰ ਫੈਲਾਉਣ ਦੀ ਕੋਸ਼ਿਸ਼ ਕਰਨੀ ਹੈ, ਤਾਂ ਕਿ ਸਾਡਾ ਕਸ਼ਪ ਬਾਈ ਹੈਗਾ ਮਾਸ਼ਾਅੱਲਾ ਬਹੁਤ ਪੜ੍ਹਿਆ ਲਿਖਿਆ ਵੀ ਹੈਗਾ, ਅਤੇ ਨੌਕਰੀ ਨੇ ਸਰਕਾਰ ਦਿੱਤੀ, ਸਰਕਾਰ ਦੀ ਮਰਜ਼ੀ, ਜੇ ਅਗਰ ਨੌਕਰੀ ਨਾ ਦੇਵੇ ਤਾਂ ਅਸਾਂ ਸਰਕਾਰ ਦੀ ਨੌਕਰੀਆਂ ਦਿੰਦੇ ਵਧਿਆ, ਸਰਕਾਰ ਸਾਡਾ ਕੋਈ ਨਹੀਂ ਸੋਚਦੀ, ਅਤੇ ਲੇਕਿਨ ਇਹੋ ਜਿਹੇ ਪੜ੍ਹੇ ਲਿਖੇ ਲੋਕ ਜਿਹੜੇ ਨੇ ਨਾ, ਉਹਨਾਂ ਦਾ ਮੁਸਤਕਬਿਲ ਸਰਕਾਰ ਨੂੰ ਸੋਚਣਾ ਚਾਹੀਦਾ ਹੈਗਾ। ਅਤੇ ਬਾਕੀ ਸਾਡਾ ਚੈਨਲ ਹੈਗਾ ਸਾਡੇ ਵਿਰਾਹ ਨਿੱਕੇ ਦਾ, ਅਤੇ ਇਸ ਚੈਨਲ ਨੂੰ ਤੁਸੀਂ ਸਾਰਿਆਂ ਲੋਕਾਂ ਨੇ ਲਾਈਕ ਔਰ ਸਬਸਕ੍ਰਾਈਬ ਕਰਨਾ ਹੈ, ਅਤੇ ਅਸਲਾਮ ਵਾਲੇਕੁਮ। ਸ਼ੁਕਰੀਆ ਜੀ ਅਯੂਬ ਸਾਹਿਬ। ਇਹ ਨਾ ਅਸੀਂ ਗੱਲਾਂ ਸੁਣਦੇ ਰਹਿੰਦੇ ਹਾਂ ਬੰਦਿਆਂ ਕੋਲੋਂ, ਬੰਦਿਆਂ ਦੇ ਨੇ ਵੀ ਜਿਹੜੇ ਅਨਾਊਂਸਰ ਹੁੰਦੇ ਨਾ, ਅਕਸਰ ਅਨਾਊਂਸਰ ਰਹਿਣ ਵੀ ਸ਼ਰਾਬ ਪੀ ਕੇ ਜਾਂ ਪੱਕੀ ਸਿਗਰਟ ਪੀ ਕੇ, ਮਤਲਬ ਨਸ਼ਾ ਕਰਕੇ ਅਨਾਊਂਸਮੈਂਟ ਕਰਦੇ ਨੇ ਜੀ, ਐਵੇਂ ਕਰਨ ਤਾਂ ਉਹਨਾਂ ਦੇ ਕੋਲ ਹੁੰਦੀ ਹੀ ਨਹੀਂ, ਇਹ ਕੀ ਸੀਨ ਹੈ, ਕੀ ਚੱਕਰ ਹੈ ਜੀ? ਵੇਖੋ ਨਾ, ਸਭ ਗੱਲਾਂ ਜਿਤਣੀਆਂ ਵੀ ਹਨ ਨਾ ਕਾਸ਼ਪ ਬਾਈ ਗਲਤ ਹੋਣਗੀਆਂ। ਇੱਕ ਬੰਦਾ ਆਦੀ ਹੋ ਜਾਂਦਾ ਹੈ, ਉਸ ਦਾ ਆਪਣਾ ਫੇਲ ਹੁੰਦਾ ਹੈਗਾ। ਸਹੀ, ਅਗਰ ਕੋਈ ਅਨਾਊਂਸਮੈਂਟ ਕਰ ਰਿਹਾ ਹੈਗਾ ਅਤੇ ਉਹ ਅਗਰ ਪੀ ਵੀ ਲਵੇ ਅਤੇ ਆਪਣਾ ਲੈਵਲ 'ਚ ਗੱਲ ਕਰੇ, ਤਾਂ ਉਹ ਐਡਾ ਕੋਈ ਹਰਜ ਨਹੀਂ ਹੈ, ਗੁਨਾਹ ਸਬਾਬ ਉਹ ਉਸ ਦੇ ਸਿਰ ਰਹਿ ਗਿਆ। ਹਾਂਜੀ, ਉਸ ਦੇ ਵਿੱਚ ਲੋਕਾਂ ਨੂੰ ਕੋਈ ਹੱਕ ਨਹੀਂ ਉਸ 'ਤੇ ਉਂਗਲ ਉਠਾਵਣ ਦਾ। ਸਹੀ, ਉਹ ਆਪਣੇ ਵਕਤ ਨੂੰ ਵੇਖ ਰਿਹਾ ਹੁੰਦਾ ਵੀ ਮੇਰੇ 'ਤੇ ਕਿਹੜਾ ਵਕਤ ਆ ਗਿਆ, ਮੈਂ ਕਿਹੜਾ ਚਲਾਉਣਾ ਹੈਗਾ, ਸਾਰੀ ਚੀਜ਼ ਨੂੰ ਉਹ ਮੱਦੇ ਨਜ਼ਰ ਰੱਖਦਾ ਹੈਗਾ। ਸਹੀ, ਉਸ ਤੋਂ ਬਾਅਦ 'ਚ ਮੈਂ ਸਿਗਰਟ ਤਾਂ ਪੀਂਦਾ ਹੈਗਾ, ਮੇਰਾ ਜਿਹੜਾ ਉਸਤਾਦ ਹੈ ਮਲਿਕ ਮਕਸੂਦ ਅਹਿਮਦ ਪਹਿਲੇ ਉਹ ਵੀ ਸਿਗਰਟ ਪੀਂਦਾ ਆ ਗਿਆ, ਅਤੇ ਇਸ ਟਾਈਮ ਅਗਲੇ ਦਿਨ ਮੈਂ ਉਸਦੇ ਥੱਲੇ ਬੈਠਾ ਹੋਇਆ ਅਤੇ ਮੈਂ ਸਿਗਰਟ ਲਾ ਲਈ ਅਤੇ ਉਸ ਕਿਹਾ ਯੋ ਪੁੱਤਰ ਸਿਗਰਟ ਬੰਦ ਕਰ ਦੇ, ਮੈਨੂੰ ਧੂੰਆਂ ਆ ਰਿਹਾ। ਮੈਂ ਉਸਦੇ ਹੁਕਮ ਦੀ ਤਮੀਲ ਕੀਤੀ, ਮੈਂ ਸਿਗਰਟ ਫੌਰੀ ਸੱਟ ਛੱਡੀ ਵੀ ਮੇਰਾ ਉਸਤਾਦ ਜਿਹੜੀ ਗੱਲ ਤੋਂ ਘਬਰਾਵੇ, ਮੈਂ ਉਹ ਕੰਮ ਕਰਾਂ ਤਾਂ ਮੁੜ ਮੇਰੀ ਜ਼ਿੰਦਗੀ ਕੋਈ ਨਹੀਂ ਇਨਸਾਨਾਂ ਵਾਲੀ, ਮੈਂ ਤਾਂ ਮੁੜ। ਅਤੇ ਮੈਂ ਉਹਨਾਂ ਨੂੰ ਇਹ ਗੱਲ ਲੋਕਾਂ ਨੂੰ ਆਹ ਵੀ ਅਗਰ ਕੋਈ ਕਰਦਾ ਨਹੀਂ ਕਰਦਾ ਉਹ ਆਪਣੇ ਸਿਰ 'ਤੇ ਲੈਣਾ ਗਿਆ, ਤੁਹਾਨੂੰ ਇਸ ਚੀਜ਼ ਦੀ ਕੋਈ ਟੈਨਸ਼ਨ ਨਹੀਂ। ਔਰ ਮੀਆਂ ਸਾਹਿਬ ਦਾ ਤਾਂ ਮੁੜ ਸਾਰੀ ਦੁਨੀਆਂ ਨੂੰ ਪਤਾ ਹੈ ਗਿਆ, ਇੱਕ ਬ੍ਰਾਂਡ ਆਫ ਆਲ ਅਵਾਰਡ ਨੇ ਅੱਲਾ ਪਾਕ ਉਹਨਾਂ ਦੇ ਵਿੱਚ ਦਿਮਾਗ ਪਾਇਆ, ਇੱਕ ਸਰਵਿਸ ਬਹੁਤ ਜ਼ਿਆਦਾ ਸਾਰੀ ਉਹਨਾਂ ਦੀ, ਅਤੇ ਬ੍ਰਾਂਡ ਹੈ ਬਿਲਕੁਲ, ਜਿਹੜੀ ਚੀਜ਼ ਬ੍ਰਾਂਡ ਹੈ ਉਹ ਹੈ ਗਈ। ਉਹਨਾਂ ਚੀਜ਼ਾਂ ਨੂੰ ਅਗਰ ਵੇਖਿਆ ਜਾਵੇ ਨਾ ਤਾਂ ਮੀਆਂ ਸਾਹਿਬ 'ਤੇ ਕਈ ਲੋਕ ਇਤਰਾਜ਼ ਕਰਦੇ ਨੇ, ਲੇਕਿਨ ਮੀਆਂ ਸਾਹਿਬ ਅਗਰ ਪਾਕਿਸਤਾਨ 'ਚ ਨਾ ਹੁੰਦੇ ਅਤੇ ਵਾਲੀਬਾਲ ਆਬਾਦ ਪਾਕਿਸਤਾਨ ਦਾ ਕਦੇ ਵੀ ਨਾ ਹੋ ਸਕਦਾ। ਮੀਆਂ ਸਾਹਿਬ ਆਉਣਾ ਆ ਗਿਆ, ਅੱਲਾ ਪਾਕ ਪਾਕਿਸਤਾਨ 'ਤੇ ਰਾਜ਼ੀ ਆ, ਮੀਆਂ ਸਾਹਿਬ ਆਏ, ਮੀਆਂ ਸਾਹਿਬ ਮੁੜ ਖਿਡਾਰੀ ਉਹ ਖਿਡਾ ਛੱਡੇ ਜਿਨ੍ਹਾਂ ਦਾ ਅਸੀਂ ਸਾਨੂੰ ਪਤਾ ਹੀ ਨਹੀਂ ਹੈਗਾ ਵੀ ਪਾਕਿਸਤਾਨ 'ਚ ਇਹ ਖਿਲਾੜੀ ਹੋ ਗਏ ਨੇ। ਆਮਿਰ ਖਾਨ ਦਾ ਉਹ ਢੇਰ ਆਉਂਦਾ ਅਤੇ ਆਮਿਰ ਖਾਨ ਦੀ ਮੁਹੱਬਤ ਹੈਗੀ, ਅਜੇ ਵੀ ਮੀਆਂ ਸਾਹਿਬ ਗੱਲਾਂ ਕਰਦੇ ਨੇ, ਅਸਾਂ ਉਹਨਾਂ ਦੇ ਇੰਟਰਵਿਊ ਵੇਖਦੇ ਹੈਗੇ, ਸੁਣਦੇ ਹੈਗੇ। ਮੀਆਂ ਸਾਹਿਬ ਆਮਿਰ ਖਾਨ ਦੀਆਂ ਕਈ ਗੱਲਾਂ ਨੇ ਜਿਹੜੀਆਂ ਹਾਲੇ ਲੋਕਾਂ ਨੂੰ ਦੱਸਦੇ ਨੇ ਅਤੇ ਇੰਝ ਅੱਖੀਂ ਦੇ ਅੱਗੇ ਆ ਜਾਂਦੇ ਨੇ। ਬਾਕੀ ਅਨਾਊਂਸਮੈਂਟ ਦੇ ਵਿੱਚ ਗੱਲ ਆ ਗਈ ਵੀ ਬੰਦੇ ਪੀ ਕੇ ਕਰਦੇ ਨੇ, ਅਸੀਂ ਅਲਹਮਦੁਲਿਲਾ ਸਾਫ਼ ਸੁਥਰੇ ਹਾਂ, ਸਿਗਰਟ ਪੀਂਦੇ ਹੈਗੇ, ਅਨਾਊਂਸਮੈਂਟ ਕਰਦੇ ਹੈਗੇ। ਅਨਾਊਂਸਮੈਂਟ 'ਚ ਅੱਲਾ ਪਾਕ ਕੁਦਰਤ ਵਾਲਾ ਹੁੰਦਾ ਹੈ, ਕਿਸੇ 'ਤੇ ਰਾਜ਼ੀ ਹੋ ਜਾਵੇ, ਹਾਂਜੀ ਆਵਾਜ਼ ਅੱਲਾ ਪਾਕ ਸਾਹਮਣੇ ਦਿੱਤੀ ਹੈਗੀ, ਬਾਕੀ ਅਨਾਊਂਸਮੈਂਟ ਸਾਡੇ ਕੋਲ ਅਜੇ ਕੋਈ ਨਹੀਂ। ਸਹੀ, ਉਸ ਤੋਂ ਬਾਅਦ 'ਚ ਮੈਂ ਅਜੇ ਤੀਕਰ ਜ਼ਿਆਦਾਤਰ ਨਾ ਪਲਾਸਟਿਕ ਵਾਲੀਬਾਲ ਮੈਚ ਕਰਵਾਉਂਦਾ ਹੈਗਾ, ਉਸਤਾਦਾਂ ਦਾ ਹੁਕਮ ਹੈ ਵੀ ਪਲਾਸਟਿਕ ਤੁਸੀਂ ਕੱਢੀ ਆਓ, ਸ਼ੂਟਿੰਗ ਸਾਡਾ ਹੈਗਾ, ਅਸੀਂ ਕੱਢੀ ਆਉਂਦੇ ਹਾਂ, ਅਤੇ ਜਿੱਥੇ ਤੁਹਾਡੀ ਜਗ੍ਹਾ ਬਣਦੀ ਉਸ ਤੋਂ ਬਾਅਦ ਤੁਸੀਂ ਆਟੋਮੈਟਿਕ ਆ ਜਾਣਾ, ਇਜਾਜ਼ਤ ਮੈਨੂੰ ਉਸਤਾਦ ਹੋਰਾਂ ਦੇ ਛੱਡੀ ਕਿ ਤੁਸੀਂ ਹੁਣ ਪੁੱਤਰ ਮਾਰ ਨਹੀਂ ਖਾਂਦੇ, ਜਿੱਥੇ ਵੀ ਚਲੇ ਜਾਓ ਮੈਚ ਤੁਸੀਂ ਕਰ ਸਕਦੇ ਹੋ। ਸਹੀ ਹੋ ਗਿਆ। ਉਸ ਤੋਂ ਬਾਅਦ 'ਚ ਜੀ ਕੋਈ ਅਸੀਂ ਅਲਹਮਦੁਲਿਲਾ ਨਸ਼ਾ ਮਸ਼ਾ ਨਹੀਂ ਕਰਦੇ, ਮਾਹੌਲ ਵੀ ਖਿੰਦਾ ਹੈਗਾ,